ਤਾਂ ਦੱਸ ਦੇ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਤਾਂ ਮੌਕੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਈ ਹਮਲਾਵਰ ਮੌਕੇ ਤੇ ਪਹੁੰਚਦੇ ਨੇ ਤਾਂ ਨੌਜਵਾਨ ਦੀ ਉਹ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇਸ ਵੀਡੀਓ ਦੇ ਵਿੱਚ ਕਈ ਛੋਟੀ ਉਮਰ ਦੇ ਬੱਚੇ ਵੀ ਨਜ਼ਰ ਆ ਰਹੇ ਨੇ ਜਿਹੜੇ ਕਿ ਇਹਨਾਂ ਹਮਲਾਵਰਾਂ ਦੇ ਨਾਲ ਹੁੰਦੇ ਨੇ ਅਤੇ ਉਸਦੀ ਕੁੱਟਮਾਰ ਵੀ ਕਰ ਰਹੇ ਨੇ। ਤਾਂ ਮੌਕੇ 'ਤੇ ਮੌਜੂਦ ਮਹਿਲਾਵਾਂ ਨੇ ਦੱਸਿਆ ਕਿ ਇਹ ਉਹਨਾਂ ਦੇ ਬੱਚੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਗਏ ਨੇ ਅਤੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਇਸ ਨੂੰ ਸਕੂਲ ਤੋਂ ਵੀ ਹਟਾ ਲਿਆ ਜਾਵੇ। ਤਾਂ ਵੇਖ ਸਕਦੇ ਹੋ ਇਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਆ ਤਾਂ ਪੁਰਾਣੀ ਰੰਜਿਸ਼ ਦਾ ਇਹ ਕੋਈ ਮਾਮਲਾ ਦੱਸਿਆ ਜਾ ਰਿਹਾ। ਤਾਂ ਦੱਸ ਦਈਏ ਕਿ ਵਾਰਦਾਤ ਲੁਧਿਆਣੇ ਦੇ ਵਿੱਚ ਵਾਪਰੀ ਆ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਨੌਜਵਾਨ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਬੁਰੀ ਤਰੀਕੇ ਦੇ ਨਾਲ ਇਸਦੀ ਕੁੱਟਮਾਰ ਕੀਤੀ ਗਈ ਹੈ। ਤਾਂ ਮੌਕੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਮਲਾਵਰ ਮੌਕੇ 'ਤੇ ਪਹੁੰਚਦੇ ਨੇ ਤਾਂ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ। ਤਾਂ ਆਉਣ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਇੱਕ ਕਾਰ ਦੀ ਵੀ ਤੋੜ ਫੋੜ ਕੀਤੀ ਜਾਂਦੀ ਹੈ ਤਾਂ ਇਹ ਵੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਈ ਸੀ ਪੂਰੀ ਘਟਨਾ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੇਜ਼ਧਾਰ ਹਥਿਆਰਾਂ ਦੇ ਨਾਲ ਪਹਿਲਾਂ ਇਹਨਾਂ ਦੇ ਵੱਲੋਂ ਕਾਰ ਭੰਨੀ ਜਾਂਦੀ ਹੈ, ਫਿਰ ਨੌਜਵਾਨ ਨੂੰ ਘਰ ਤੋਂ ਬਾਹਰ ਬੁਲਾਇਆ ਜਾਂਦਾ ਹੈ ਤਾਂ ਪਹਿਲਾਂ ਉਹਦੇ ਥੱਪੜੇ ਮਾਰੇ ਜਾਂਦੇ ਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਦੇ ਨਾਲ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਤਾਂ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਮੇਰਾ ਨਾਮ ਅਦਿੱਤਿਆ ਗਈ, ਕੋਈ ਰੰਜਿਸ਼ ਨਹੀਂ ਸੀਗੀ ਮੇਰੀ। ਇਹਦਾ ਪੰਜ ਹੈਗਾ, ਬੁਲਟ ਦਾ ਪੰਜ ਹੈਗਾ ਜੀ। ਉਹਦੇ ਪਿੱਛੇ ਲੱਗ ਕੇ ਇਹਨੇ ਮੇਰੇ ਨਾਲ ਇੱਦਾਂ ਕੀਤਾ, ਦਾਰੂ ਦੂਰੂ ਪੀਤੀ ਹੋਈ ਸੀ ਇਹਨਾਂ ਨੇ। ਬਸ ਇਹ ਦਸ ਪੰਦਰਾਂ ਜਣੇ ਸੀਗੇ ਇਹਨਾਂ ਕੋਲ, ਤੇਜ਼ਧਾਰ ਹਥਿਆਰ ਸੀਗੇ, ਜਾਨੋ ਮਾਰਨ ਮਤਲਬ ਪੂਰਾ ਉਹ ਕੀਤਾ ਇਹਨਾਂ ਨੇ ਮਾਰਨ ਦੀ। ਤੁਸੀਂ ਜਾਣਦੇ ਬੰਦਿਆਂ ਨੂੰ? ਹਾਂਜੀ ਹਾਂਜੀ ਸਾਰੇ। ਤੁਹਾਡੀ ਪਹਿਲਾਂ ਕੋਈ ਗੱਲਬਾਤ ਹੋਈ? ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਸਾਡੀ। ਨਾਮ ਹੈਗਾ ਬੁਲਟ ਹੈਗਾ, ਗੋਲੂ ਹੈਗਾ, ਪਾਰਸ ਹੈਗਾ, ਚਿੰਕੀ ਹੈਗਾ, ਰੈਪਾ ਹੈਗਾ, ਅਤੇ ਇੱਕ ਕਾਕਾ ਬਿੱਟਾ ਸ਼ੁਭਮ ਕਹਿੰਦੇ ਉਹਨੂੰ। ਮੈਂ ਘਰੋਂ ਨਿਕਲਿਆ ਬਾਹਰ, ਇਹਨੇ ਨੂੰ ਉਹਨੇ ਆਵਾਜ਼ ਮਾਰੀ, ਪਹਿਲਾਂ ਗੱਡੀ ਦੇ ਸ਼ੀਸ਼ੇ ਤੋੜੇ ਸਾਡੀ, ਬੋਰਡ ਬਾੜ ਪਾੜੇ, ਫਿਰ ਗਲੀ 'ਚ ਐਂਟਰ ਹੋਇਆ। ਮੈਂ ਰੋਟੀ ਖਾ ਕੇ ਬਾਹਰ ਨੂੰ ਨਿਕਲਿਆ, ਇਹਨੇ ਮੈਨੂੰ ਆਵਾਜ਼ ਮਾਰਤੀ, ਕਹਿੰਦਾ ਇੱਧਰ ਆ, ਤੇਰਾ ਮੇਰਾ ਨਾਮ ਪੁੱਛਿਆ ਬਸ ਇਹਨੂੰ। ਹਾਂਜੀ ਹਾਂਜੀ ਸਭ ਪਰੂਫ ਹੈ। ਹਾਂਜੀ ਹਾਂਜੀ ਸਭ ਹੈ। ਮੰਗ ਬਸ ਇਨਸਾਫ ਹੀ ਚਾਹੀਦਾ ਸਾਨੂੰ, ਵੀ ਕੀ ਰੰਜਿਸ਼ ਹੈ ਸਾਨੂੰ ਪਤਾ ਲੱਗੇ, ਹੈ ਨਾ ਜੀ। ਮੰਗ ਭਾਜੀ ਇੱਦਾਂ ਵਾ, ਜਿਹੜਾ ਮੇਰੇ ਮੁੰਡੇ ਨੇ ਮਾਰਨਾ ਸੀਗੇ, ਫੋਨ ਸੀਗੇ ਬੰਦੇ ਨੇ ਮਾਰਨਾ, 14 ਨੰਬਰ ਗਲੀ 'ਚ। ਗੱਲਬਾਤ ਕੋਈ ਪੁਰਾਣੀ ਰੰਜਿਸ਼ ਨੇ ਕੀ ਲੜਾਈ ਕੀ ਹੋਈ? ਨਹੀਂ ਜੀ, ਉਹ ਲੜਾਈ ਝਗੜਾ ਕੁਛ ਨਹੀਂ ਹੈਗਾ, ਗਲੀ ਮੈਂ ਸਾਰੋ ਕੋ ਆ ਕੇ ਤੰਗ ਕਰਾਂ, ਮੈਂ ਗਲ ਗਰ ਮੈਂ ਆ ਕੇ ਲੜਾਈ ਕਰਾਂ, ਬੱਚੇ ਕੋ ਮਾਰਾਂਗੇ ਛੇਤੀ। ਉਹ ਦੇਖੋ ਗੱਡੀ ਤੋੜੀ, ਹਾਂਜੀ ਦੇਵਰ ਕੀ ਹੈਗੇ ਮੇਰੇ, ਹਾਂਜੀ 12-13 ਜਣੇ ਸੀਗੇ। ਹਾਂਜੀ ਹਾਂਜੀ ਪੁਲਿਸ ਤਾਂ ਆਈ ਨਹੀਂ ਸੀਗੀ। ਹਾਂਜੀ ਚੋਟ ਲੱਗੀ ਮੇਰੇ ਮੁੰਡੇ ਨੂੰ, ਬਹੁਤ ਜ਼ਿਆਦਾ ਚੋਟ ਲੱਗੀ। ਹਾਂਜੀ ਕ੍ਰਿਸ਼ਨਾ ਜੀ, ਐਸੇ ਲੜਾਈ ਹੈ, ਮੁੰਡੇ ਆਏ 10-12 ਮੁੰਡੇ ਆਏ, ਉਹ ਮੁੰਡੇ ਨੂੰ ਮਾਰ ਕੇ ਚਲੇ ਗਏ ਮੰਦਰ 'ਚ ਆਏ ਸੀ, ਉਹ ਨਾਲੇ ਧਮਕੀ ਦਿੰਦੇ ਆ, ਕਹਿੰਦੇ ਅਸੀਂ ਇੱਕ ਇੱਕ ਮੁੰਡੇ ਮਾਰਾਂਗੇ ਅਸੀਂ। ਕਾਰਨ ਕੀ ਹੈ ਲੜਾਈ ਦਾ? ਪਤਾ ਨਹੀਂ ਜੀ ਕੀ ਕਾਰਨ ਹੈ, ਕੁਛ ਕਾਰਨ ਵੀ ਨਹੀਂ ਹੈਗਾ, ਉਦਾਂ ਹੀ ਧਮਕੇ ਦਿੰਦੇ ਆ। ਗੁੰਡਾਗਰਦੀ ਹੁੰਦੀ ਤਾਂ ਕਰਕੇ? ਹਾਂ ਗੁੰਡਾਗਰਦੀ ਹੁੰਦੀ। ਗੱਡੀ ਵੀ ਭੰਨੀ ਕੀ ਕਰ? ਆਪਾਂ ਗੱਡੀ ਤੋੜ ਕੇ ਨਾਲੇ ਮੁੰਡੇ ਨੂੰ ਸੱਟ ਮਾਰ ਗਏ। ਮੁੰਡਾ ਉਹ ਚੌਂਕੀ 'ਚ ਹੈਗਾ ਜੀ,
ਹੁਣ ਸਾਰੇ ਮੁੰਡੇ ਨੂੰ ਧਮਕੀ ਦਿੰਦੇ ਆ ਕੇ ਸਾਨੂੰ ਮੁਹੱਲੇ 'ਚ ਆ ਕੇ ਸਾਰੇ ਇਕੱਲੇ ਬੰਦਿਆਂ ਨੂੰ ਧਮਕੀ ਦਿੰਦੇ ਅਸੀਂ ਸਾਰਿਆਂ ਨੂੰ ਮਾਰਾਂਗੇ ਸਕੂਲਾਂ 'ਚ ਜਾਂਦੇ ਕੋਈ ਕੰਮ 'ਚ ਜਾਂਦੇ ਉਹ ਧਮਕੀਆਂ ਦਿੰਦੇ ਵੀ ਅਸੀਂ ਮਾਰਾਂਗੇ ਇਹਨਾਂ ਨੂੰ ਹੁਣ ਅਸੀਂ ਦੱਸੋ ਕਿੱਥੇ ਲੈ ਜਾਈਏ ਬੱਚੇ ਨੂੰ ਕੋਈ ਇਨਸਾਫ ਕਰੋ ਸਾਡਾ ਆ ਹੈਗੀ ਜੀ ਚੌਂਕੀ ਵੀ ਹੈਗੀ ਆ ਫਿਰ ਵੀ ਹੋ ਰਹੀ ਆ ਉਹ ਤਾਂ ਦੇਖ ਕੇ ਚਲੇ ਜਾਂਦੇ ਕੁਛ ਕਰਦੇ ਹੀ ਨਹੀਂ ਇਹ ਮੇਰਾ ਭਤੀਜਾ ਮੇਰੇ ਭਤੀਜੇ ਦੀ ਪਤਾ ਨਹੀਂ ਕੋਈ ਆਪਸ 'ਚ ਇਹਨਾਂ ਦੀ ਕੋਈ ਬੱਚੇ ਹੁੰਦੇ ਮਾੜਾ ਮੋਟਾ ਮਜ਼ਾਕ ਮਜੂਜ ਹੋ ਜਾਂਦੀ ਲੜਾਈ ਹੋਈ ਹੋਣੀ ਮੈਂ ਤਾਂ ਆਪ ਭਾਅ ਜੀ ਬਾਹਰ ਸੀਗਾ ਮੈਨੂੰ ਮੇਰੇ ਬੇਟੇ ਦਾ ਫੋਨ ਆਇਆ ਕਹਿੰਦੇ ਡੈਡੀ ਗੱਡੀ ਤੋੜ ਗਿਆ ਆਪਣੀ ਅਤੇ ਭਾਅ ਜੀ ਜਿਹੜਾ ਆਵਾਜ਼ ਚਿੱਟੇ ਦੀ ਕੈਂਪ 'ਚ ਚੱਕੂਗਾ ਨਾ ਉਹਦਾ ਮੇਰੇ ਭਤੀਜੇ ਵਰਗਾ ਹਾਲ ਹੋਊਗਾ ਜੀ ਜਿਹੜਾ ਬੰਦਾ ਚਿੱਟੇ ਦੀ ਆਵਾਜ਼ ਚੱਕੂਗਾ ਇਹ ਸਾਰੇ ਚਿੱਟੇ ਦੇ ਤਸਕਰ ਨੇ ਚਿੱਟਾ ਬੰਦ ਹੋਣਾ ਚਾਹੀਦਾ ਵਾ 100 ਮੀਟਰ ਦੀ ਤੁਰੀ ਦੀ ਚੌਂਕੀ ਇਹਨਾਂ ਨੂੰ ਚੌਂਕੀ ਦਾ ਵੀ ਖੌਫ ਨਹੀਂ ਕੋਚਰ ਮੰਗ ਕੇ ਚੌਂਕੀ ਭਾਅ ਜੀ ਸਾਡੇ ਮੇਰੀ ਗੱਡੀ ਸਾਰੀ ਭੰਨ ਗਏ ਗੱਡੀ ਦਾ ਨੰਬਰ PV10M8075 ਚੌਂਕੀ ਰਿਪੋਰਟ ਲਿਖਾਤੀ ਭਾਅ ਜੀ ਪਰਚਾ ਕਰਾਤਾ ਮੰਗ ਭਾਅ ਜੀ ਇਹੀ ਆ ਜੋ ਇਹਨਾਂ ਨੇ ਕੀਤਾ ਇਹਨਾਂ ਨੂੰ ਬਸ ਠੱਲ ਪਾਈ ਜਾਵੇ